ਫੋਰਐਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਤਰਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਰਸ਼ ਮੋਸ਼ਨ ਪਿਕਚਰਸ ਆਪਣੀ ਸੁਪਰਹਿਟ ਮੂਵੀ ਮਿਸਟਰ ਐਂਡ ਮਿਸਿਸ 420 ਰਿਟਰਨ ਤੋਂ ਬਾਅਦ ਆਪਣੀ ਅਗਲੀ ਫਿਲਮ ਦਾ ਸ਼ੂਟ ਸ਼ੁਰੂ ਕਰ ਚੁੱਕੇ ਨੇ ਅਤੇ ਉਸ ਫਿਲਮ ਦਾ ਨਾਮ ਹੈ ਜੀ ਊੜਾ ਆੜਾ। ਕਾਫੀ ਦਿਨ ਪਹਿਲਾਂ ਹੀ ਊੜਾ ਆੜਾ ਸੁਰਖੀਆਂ ਦੇ ਵਿੱਚ ਆ ਚੁੱਕੀ ਸੀ ਕਿਉਂਕਿ ਇਸ ਦੇ ਵਿੱਚ ਸਟਾਰਿੰਗ ਕਰ ਰਹੇ ਨੇ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਅਤੇ ਕਾਫੀ ਲੋਕ ਉਹਨਾਂ ਦੀ ਜੋੜੀ ਨੂੰ ਵੱਡੇ ਪਰਦੇ 'ਤੇ ਦੇਖਣ ਦੇ ਲਈ ਬਹੁਤ ਹੀ ਜ਼ਿਆਦਾ ਉਤਾਵਲੇ ਨੇ ਅਤੇ ਖੁਸ਼ੀ ਦੀ ਗੱਲ ਹੈ ਕਿ ਉਸ ਫਿਲਮ ਦਾ ਸ਼ੂਟ ਵੀ ਹੁਣ ਸ਼ੁਰੂ ਹੋ ਚੁੱਕਾ ਹੈ। ਊੜਾ ਆੜਾ ਪੰਜਾਬੀ ਫਿਲਮ ਇੰਡਸਟਰੀ ਦੀ ਇਹੋ ਜਿਹੀ ਕਹਾਣੀ ਹੈ ਜਿਸ ਦੇ ਵਿੱਚ ਇਸ਼ਕ ਦਾ ਊੜਾ ਆੜਾ ਨਹੀਂ ਸਗੋਂ ਪੰਜਾਬੀ ਮਾਂ ਬੋਲੀ ਦੀ ਗੱਲ ਹੈ। ਇਹ ਇੰਨਾ ਸੋਹਣਾ ਕੰਸੈਪਟ ਹੈ ਕਿ ਤੁਸੀਂ ਇਸ ਨੂੰ ਵੇਖਣ ਤੋਂ ਬਾਅਦ ਆਪਣੀ ਮਾਂ ਬੋਲੀ 'ਤੇ ਪ੍ਰਾਊਡ ਜ਼ਰੂਰ ਫੀਲ ਕਰੋਗੇ। ਅਤੇ ਇਸ ਕਹਾਣੀ ਨੂੰ ਡਾਇਰੈਕਟ ਕਰ ਰਹੇ ਨੇ ਸ਼ਿਤਿਸ਼ ਚੌਧਰੀ ਅਤੇ ਇਸ ਕਹਾਣੀ ਨੂੰ ਲਿਖਿਆ ਹੈ ਨਰੇਸ਼ ਕਥੂਰੀਆ ਜੀ ਨੇ। ਨਰੇਸ਼ ਕਥੂਰੀਆ ਜੀ ਨੇ ਪੰਜਾਬੀ ਸਿਨੇਮਾ ਦੇ ਵਿੱਚ ਕਈ ਕਾਮੇਡੀ ਫਿਲਮਾਂ ਲਿਖੀਆਂ ਨੇ ਅਤੇ ਊੜਾ ਆੜਾ ਕਿਸ ਤਰ੍ਹਾਂ ਦੀ ਕਹਾਣੀ ਹੈ ਇਹ ਸਾਨੂੰ ਫਿਲਮ ਵੇਖਣ ਤੋਂ ਬਾਅਦ ਪਤਾ ਲੱਗੇਗਾ। ਇਸ ਫਿਲਮ ਦਾ ਸ਼ੂਟ ਚੰਡੀਗੜ੍ਹ ਦੇ ਨੇੜੇ ਚੱਲ ਰਿਹਾ ਹੈ ਅਤੇ ਇਸ ਕਹਾਣੀ ਅਤੇ ਇਸ ਫਿਲਮ ਬਾਰੇ ਹੋਰ ਅਪਡੇਟਸ ਲਈ ਤੁਸੀਂ ਫੋਰਐਵਰ ਮੀਡੀਆ ਦੇ ਨਾਲ ਕਨੈਕਟਡ ਰਹਿਣਾ ਨਾ ਭੁੱਲਿਓ। ਅਤੇ ਤੁਸੀਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਨੂੰ ਵੱਡੀ ਸਕਰੀਨ 'ਤੇ ਦੇਖਣ ਦੇ ਲਈ ਕਿੰਨੇ ਕੁ ਐਕਸਾਈਟਡ ਹੋ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਵੈਲਿਊਏਬਲ ਕਮੈਂਟਸ ਦਾ। ਮਿਲਦੇ ਹਾਂ ਜੀ ਅਗਲੀ ਵਾਰ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।